ਬਿਆਸ ਦਰਿਆ ਵਿੱਚ ਡੁੱਬੇ ਤਿੰਨ ਨੌਜਵਾਨਾਂ ਦੀ ਭਾਲ ਅਜੇ ਵੀ ਜਾਰੀ। ਬੀਤੀ 29 ਮਾਰਚ ਨੂੰ ਬਿਆਸ ਦਰਿਆ ਵਿੱਚ ਮੱਛੀਆਂ ਫੜਨ ਗਏ ਤਿੰਨ ਨੌਜਵਾਨ ਸੁਖਵਿੰਦਰ ਸਿੰਘ, ਸਤਨਾਮ ਸਿੰਘ, ਜੈਕਸਨ ਦਰਿਆ ਬਿਆਸ ਵਿੱਚ ਡੁੱਬ ਗਏ ਸਨ। ਇਹਨਾਂ ਤਿੰਨਾਂ ਨੌਜਵਾਨਾਂ ਦੇ ਡੁੱਬ ਜਾਣ ਦੀ ਖਬਰ ਥਾਣਾ ਢਿੱਲਵਾਂ ਵਿਖੇ ਮਿਲਣ ਤੋਂ ਬਾਅਦ ਥਾਣਾ ਢਿੱਲਵਾਂ ਦੇ ਮੁਖੀ ਇੰਸਪੈਕਟਰ ਬਿਕਰਮਜੀਤ ਸਿੰਘ, ਪੁਲਿਸ ਪਾਰਟੀ ਸਮੇਤ ਥਾਣਾ ਢਿੱਲਵਾਂ ਅਧੀਨ ਆਉਂਦੇ ਪਿੰਡ ਰਾਪੋ ਰਾਈਆਂ ਵਿਖੇ ਡੁੱਬੇ ਤਿੰਨ ਨੌਜਵਾਨਾਂ ਦੀ ਭਾਲ ਕਰ ਰਹੇ ਹਨ। ਪੱਤਰਕਾਰਾਂ ਨੇ ਮੌਕੇ 'ਤੇ ਜਾ ਕੇ ਦੇਖਿਆ ਕਿ ਰੁਪੇਸ਼ ਸਿੰਘ, ASI ਇੰਚਾਰਜ, SDRF ਆਪਣੀ ਟੀਮ ਸਮੇਤ ਥਾਣਾ ਢਿੱਲਵਾਂ ਦੀ ਪੁਲਿਸ ਦਰਿਆ ਬਿਆਸ ਵਿੱਚ ਡੁੱਬੇ ਨੌਜਵਾਨਾਂ ਦੀ ਭਾਲ ਕਰ ਰਹੇ ਸਨ। ਇਸ ਮੌਕੇ ਥਾਣਾ ਢਿੱਲਵਾਂ ਦੇ ਮੁਖੀ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਸਵੇਰ ਤੋਂ ਹੀ ਸ਼ਾਮ ਤੱਕ ਰੋਜ਼ਾਨਾ ਭਾਲ ਕੀਤੀ ਜਾ ਰਹੀ ਹੈ। ਪਤਾ ਹੋਇਆ ਜੀ, ਅਤੇ ਉਸ ਸੰਬੰਧੀ ਆਪਾਂ ਜਿਹੜੀ ਪੁਲਿਸ ਟੀਮ ਆ ਸਵੇਰੇ ਸ਼ਾਮ ਇਸ ਤਰ੍ਹਾਂ ਕਿੰਨੇ ਗੋਤਾਖੋਰ ਆਏ ਹੋਏ ਜੀ, ਕਿਹੜੀ ਟੀਮ ਆਈ ਹੋਈ ਹੈ? ਇਹ 29 ਤਰੀਕ ਨੂੰ ਇੱਕ ਹਾਦਸਾ ਹੋਇਆ ਸੀ ਜਿਹਦੇ ਵਿੱਚ ਦੋ ਲੜਕੇ ਪਿੰਡ ਰਾਪੁਰ ਰਾਈਆਂ ਦੇ ਅਤੇ ਇੱਕ ਲੜਕਾ ਪਿੰਡ ਪੱਕੂਵਾਲ ਦਾ, ਜਿਹੜਾ ਕਰੀਬ 2:30 ਵਜੇ ਦਰਿਆ ਦੇ ਵਿੱਚ ਮੱਛੀਆਂ ਫੜਨ ਆਈ ਸੀ। ਮੱਛੀਆਂ ਫੜਦੇ ਸਮੇਂ ਜਿਹੜੇ ਰੁੜ ਗਏ ਸੀ, ਜਿਨ੍ਹਾਂ ਦੀ ਭਾਲ ਵਾਸਤੇ ਅਸੀਂ ਪਰਸੋਂ ਵੀ ਜਿਹੜੀ ਗੋਤਾਖੋਰ ਦੀ ਟੀਮ ਮੰਗਾਈ ਸੀ, ਜਿਨ੍ਹਾਂ ਨੇ ਬੜੀ ਮਿਹਨਤ ਕੀਤੀ ਆ, ਪਰ ਸਾਨੂੰ ਕੋਈ ਕਾਮਯਾਬੀ ਨਹੀਂ ਮਿਲ ਸਕੀ। ਅੱਜ ਅਸੀਂ ਫਿਰ ਸਵੇਰੇ ਕਰੀਬ 8 ਵਜੇ ਦੇ ਜਿਹੜੇ ਗੋਤਾਖੋਰਾਂ ਦੀ ਟੀਮ ਔਰ ਪਿੰਡ ਦੇ ਲੋਕ ਜਿਹੜੇ ਆ, ਆਲੇ ਦੁਆਲੇ ਪਿੰਡਾਂ ਦੇ ਲੋਕ ਬਹੁਤ ਸਹਿਯੋਗ ਕਰ ਰਹੇ ਆ। ਉਹ ਵੀ ਆਪਣੀਆਂ ਬੀੜੀਆਂ ਦਾ ਜਾਂ ਜੋ ਜਿਹੜੇ ਤਰਨਾ ਜਾਣਦੇ ਉਹਨਾਂ ਨੂੰ ਹੈਲਪ ਲੈ ਕੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਡੈੱਡ ਬੋਡੀਆਂ ਲੱਭਣ ਦੀ ਜੀ। ਅਸੀਂ ਉਮੀਦ ਕਰਦੇ ਹਾਂ ਕਿ ਅਸੀਂ ਸ਼ਾਮ ਤੱਕ ਜ਼ਰੂਰ ਕੋਈ ਨਾ ਕੋਈ ਇਹ 'ਚ ਕਾਮਯਾਬੀ ਹਾਸਲ ਕਰਾਂਗੇ ਜੀ। ਅਗਰ ਸਾਨੂੰ ਲੋੜ ਪਈ 1-2 ਦਿਨ ਰੱਖਣ ਦੀ, ਇਹ ਟੀਮ ਅਸੀਂ ਇੱਥੇ ਰੱਖਾਂਗੇ ਔਰ ਡੈੱਡ ਬੋਡੀਆਂ ਪਾਣੀ 'ਚੋਂ ਲੱਭਾਂਗੇ। ਠੀਕ ਹੈ, ਧੰਨਵਾਦ। ਇਹ ਸੀ ਆਪਣੇ SHO ਇੰਸਪੈਕਟਰ ਬਿਕਰਮਜੀਤ ਸਿੰਘ, ਥਾਣਾ ਢਿੱਲਵਾਂ। ਔਰ ਇਹਨਾਂ ਨੇ ਜਿਸ ਤਰ੍ਹਾਂ ਦੱਸਿਆ ਕਿ ਸ਼ਾਮ ਤੱਕ ਰੋਜ਼ ਸਵੇਰੇ ਆ ਕੇ ਆਪਣੀ ਪੂਰੀ ਪੁਲਿਸ ਟੀਮ ਨਾਲ ਇੱਥੇ ਵਰਕ ਕਰਦੇ ਆ ਔਰ ਗੋਤਾਖੋਰ ਜਿਹੜੇ ਆਏ ਹੋਏ ਆ। ਬਾਕੀ ਦੇਖੋ, ਅਸੀਂ ਵੀ ਇਹ ਚਾਹੁੰਦੇ ਹਾਂ ਵੀ ਜੋ ਵੀ ਡੈੱਡ ਬੋਡੀਜ਼ ਜਿਹੜੀਆਂ ਜਲਦੀ ਮਿਲ ਜਾਣ। ਆਪਣੇ ਵੱਲੋਂ ਬਹੁਤ ਹੀ ਸਾਰਾ ਸਟਾਫ ਮਿਹਨਤ ਕਰ ਰਿਹਾ ਜੀ। ਮੇਰਾ ਪਿੰਡ ਡਾਲਾ ਤੋਂ ਗੋਬਿੰਦ ਸਿੰਘ ਜੀ।